वेलकम ਕਰਦੇ ਆ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਤੁਹਾਡੇ ਲਈ ਹਰ ਰੋਜ਼ ਲੈ ਕੇ ਆਉਨੇ ਆ ਸਟਾਫ ਨਰਸ ਮੈਡੀਕਲ ਫੀਲਡ ਨਾਲ ਜੁੜੀ ਹੋਈ ਹਰ ਇੱਕ ਲੇਟੈਸਟ ਇਨਫੋਰਮੇਸ਼ਨ ਸੋ ਉਸੇ ਸੰਬੰਧ ਵਿੱਚ ਲੈ ਕੇ ਆਏ ਆ ਜੀ ਬਹੁਤ ਮਹੱਤਵਪੂਰਨ ਜਾਣਕਾਰੀ ਸਪੈਸ਼ਲੀ ਸਟਾਫ ਨਰਸ ਅਤੇ ਪੈਰਾਮੈਡੀਕਲ ਸਟਾਫ ਵਾਲੇ ਉਹਨਾਂ ਬੱਚਿਆਂ ਲਈ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਆ ਅਤੇ ਜਿਨ੍ਹਾਂ ਦੀ ਫਾਈਨਲ ਲਿਸਟ ਪੈਂਡਿੰਗ ਹੈ ਸੋ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਫਾਈਨਲ ਲਿਸਟ ਨਹੀਂ ਆਵੇਗੀ ਅੱਗੇ ਵੀ DRME ਫਾਈਨਲਿਸਟ ਨਹੀਂ ਪਾਉਂਦੀ ਸੋ ਉਸ ਦੇ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਲਿਸਟ ਆਵੇਗੀ ਲਿਸਟ ਆਉਣ ਦੇ ਚਾਂਸ 90 ਤੋਂ 99% ਨੇ ਕਿਉਂਕਿ ਪਿਛਲੀਆਂ ਲਿਸਟਾਂ ਮੈਂ ਤੁਹਾਨੂੰ ਦਿਖਾ ਦਵਾਂਗਾ ਕਿੱਥੇ ਆਉਂਦੀਆਂ ਹਨ ਕਿਵੇਂ ਆਉਂਦੀਆਂ ਹਨ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਆ ਜੇ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦਾ ਇੰਪੋਰਟੈਂਟ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਅਤੇ ਨਾਲ ਦੀ ਨਾਲ ਆਪਣੇ ਇੰਸਟਾਗ੍ਰam ਤੇ ਟੈਲੀਗ੍ਰam ਚੈਨਲਾਂ ਨੂੰ ਜ਼ਰੂਰ ਜੁਆਇਨ ਤੇ ਫੋਲੋ ਕਰ ਲਵੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਕਿ ਸਟਾਫ ਨਰਸ ਦੀ ਡਾਕੂਮੈਂਟ ਵੈਰੀਫਿਕੇਸ਼ਨ ਆਲਰੇਡੀ ਹੋ ਚੁੱਕੀ ਆ ਤੇ ਇਹਦੇ ਲਈ ਹੁਣ ਤੁਸੀਂ ਡੀ ਆਰ ਐਮ ای ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਆ ਉਸ ਤੇ ਰੈਗੂਲਰ ਵਿਜ਼ਿਟ ਕਰਦੇ ਰਹਿਣਾ ਹੋਵੇਗਾ ਅਤੇ ਨਾਲ ਦੀ ਨਾਲ ਤੁਸੀਂ ਇੱਕ ਹੋਰ ਵੈਬਸਾਈਟ ਆ ਉਸ ਤੇ ਵੀ ਵਿਜ਼ਿਟ ਕਰਨਾ ਹੋਵੇਗਾ ਉਸ ਤੇ ਮੈਂ ਤੁਹਾਨੂੰ ਉਸ ਪੇਜ ਤੇ ਲੈ ਚੱਲਦਾ ਹਾਂ ਜਿੱਥੇ ਤੁਸੀਂ ਵਿਜ਼ਿਟ ਕਰਨਾ ਹੋਵੇਗਾ ਤੇ ਜਿੱਥੇ ਲਿਸਟ ਆਉਂਦੇ ਕਾਫੀ ਜ਼ਿਆਦਾ ਚਾਂਸਸ ਹੁੰਦੇ ਹਨ ਹਾਂਜੀ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਆਪਾਂ ਆ ਗਏ ਆ ਜੀ ਸਾਈਟ ਦੇ ਮੈਂ ਸਕਰੀਨਸ਼ਾਟ ਲੈਏ ਨੇ ਇਹਦਾ ਰੀਜ਼ਨ ਇਹ ਆ ਵੀ ਇਹ ਸਾਈਟ ਆ ਨਾ ਜਿਹੜੀ ਬਹੁਤ ਮੁਸ਼ਕਿਲ ਨਾਲ ਖੁੱਲਦੀ ਹੈ ਰਾਤ 10 11 ਵਜੇ ਮੈਂ ਸਕਰੀਨਸ਼ਾਟ ਲੈਏ ਨੇ ਆ ਦੇਖੋ ਜੀ ਆਸ ਵੀਬਸਾਈਟ ਆ health.punjab.gov.in health.punjab.gov.in ਠੀਕ ਆ ਇਹਦੇ ਤੇ ਤੁਸੀਂ ਰੈਗੂਲਰ ਵਿਜ਼ਿਟ ਕਰਦੇ ਰਹਿਣਾ ਹੋਵੇਗਾ ਇਹ ਸਾਈਟ ਦੀ ਪ੍ਰੋਬਲਮ ਆ ਦਿਨੇ ਬਹੁਤ ਮੁਸ਼ਕਿਲ ਨਾਲ ਖੁੱਲਦੀ ਆ ਪਰ ਕਾਫੀ ਟਾਈਮ ਲੈ ਕੇ ਓਪਨ ਹੋ ਜਾਂਦੀ ਆ ਇਸ ਤੇ ਵਿਜ਼ਿਟ ਕਰਨ ਤੋਂ ਬਾਅਦ ਤੁਸੀਂ ਇੱਥੇ ਇੱਕ ਆਹ ਆਪਸ਼ਨ ਦੇਖੋਗੇ ਰਿਕਰੂਟਮੈਂਟ ਦਾ ਇਹ ਰਿਕਰੂਟਮੈਂਟ ਤੇ ਤੁਸੀਂ ਕਲਿੱਕ ਕਰਨਾ ਹੋਵੇਗਾ ਠੀਕ ਹੈ ਜੀ ਜਦੋਂ ਆਪਾਂ ਰਿਕਰੂਟਮੈਂਟ ਤੇ ਕਲਿੱਕ ਕਰਾਂਗੇ ਤਾਂ ਨੈਕਸਟ ਆਹ ਦੇਖੋ ਇੱਥੇ ਆਹ ਆ ਲਿਸਟਾਂ ਨੇ ਜਿਹੜੀਆਂ ਇਹ ਨਾ ਤਾਂ ਬਾਬਾ ਫਰੀਦ ਯੂਨੀਵਰਸਿਟੀ ਦੀ ਆਫੀਸ਼ੀਅਲ ਵੈਬਸਾਈਟ ਤੇ ਆਈਆਂ ਨੇ ਨਾ ਡੀਆਰਐਮਈ ਦੀ ਵੈਬਸਾਈਟ ਤੇ ਆਉਂਦੀਆਂ ਨੇ ਇਹ ਜਦੋਂ ਸਿਲੈਕਸ਼ਨ ਹੋ ਜਾਂਦੀ ਆ ਉਸ ਤੋਂ ਬਾਅਦ ਲਿਸਟ ਆਉਂਦੀ ਆ ਜਿਹੜੀ ਉਹ ਏਸ ਅਫੀਸ਼ੀਅਲ ਵੈਬਸਾਈਟ ਤੇ ਆਉਂਦੀ ਆ ਦੇਖੋ ਜਿਹੜੀ ਲਾਸਟ ਫਾਈਨਲ ਮੈਰਿਟ ਲਿਸਟ ਆਫ 498 ਪੋਸਟ ਆਫ ਏ ਐਨ ਐਮ ਠੀਕ ਆ ਜੀ ਜਿਹੜੇ ਏ ਐਨ ਐਮ ਆਪਣੇ ਮਲਟੀਪਲ ਹੈਲਥ ਵਰਕਰਸ ਦੀਆਂ ਵੈਕੈਂਸੀਆਂ ਨਿਕਲੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਜਿਹੜੇ 498 ਸਿਲੈਕਟ ਕੀਤੇ ਗਏ ਆ ਬੱਚੇ ਏ ਐਨ ਐਮ ਵਾਲੇ ਉਹਨਾਂ ਦੀ ਲਿਸਟ ਇੱਥੇ ਪਈ ਆ ਤੁਸੀਂ ਆਲਰੇਡੀ ਦੇਖ ਸਕਦੇ ਹੋ ਠੀਕ ਆ ਜੀ ਸੋ ਇਸ ਦੇ ਨਾਲ ਹੀ ਜਿਹੜੀਆਂ ਇਸ ਤੋਂ ਪਹਿਲਾਂ ਸਟਾਫ ਨਰਸ ਦਾ ਐਗਜ਼ਾਮ ਹੋਇਆ ਸੀਗਾ ਠੀਕ ਹੈ ਜੀ ਤੇ ਆਹ ਦੇਖੋ ਜਿਹੜਾ ਇਸ ਤੋਂ ਪਹਿਲਾਂ ਸਟਾਫ ਨਰਸ ਦਾ ਐਗਜ਼ਾਮ ਹੋਇਆ ਸੀ ਰਿਕਰੂਟਮੈਂਟ ਆਫ ਸਟਾਫ ਨਰਸ ਕੈਟਾਗਰੀ ਰਿਜ਼ਲਟ ਡੇਟਡ 18 10 2021 ਨੂੰ ਇਹ ਲਿਸਟ ਆਈ ਸੀ ਠੀਕ ਹੈ ਜੀ ਜਿਹੜਾ 234 ਪੋਸਟਾਂ ਵਾਲਾ ਸਟਾਫ ਨਰਸ ਦਾ ਐਗਜ਼ਾਮ ਹੋਇਆ ਸੀ ਕੈਟਾਗਰੀ ਵਾਈਜ਼ ਇਹ ਲਿਸਟ ਅਪਲੋਡ ਹੋਈ ਹੋਈ ਆ ਬਾਕੀ ਹੁਣ ਮੈਂ ਤੁਹਾਨੂੰ ਲੈ ਚੱਲਦਾ ਮਾਂ ਲਿਸਟਾਂ ਦੇ ਉੱਤੇ ਜਿਹੜੀ ਫਾਈਨਲ ਲਿਸਟ ਆ ਠੀਕ ਆ ਜੀ ਸੋ ਪਹੁੰਚ ਗਏ ਆ ਜੀ ਆਪਾਂ ਸਟਾਫ ਨਰਸ ਦੀ ਜਿਹੜੀ ਲਿਸਟ ਇਹਨਾਂ ਨੇ ਆਊਟ ਕੀਤੀ ਸੀ ਆ ਦੇਖੋ ਜਨਰਲ ਕੈਟਾਗਰੀ 234 ਪੋਸਟਾਂ ਸੀ ਤੇ ਇਹ ਦੇਖੋ ਇਹ ਮੀਨਸ ਇਹ 234 ਜਿਹੜੀਆਂ ਓਪਨ ਜਨਰਲ ਦੀਆਂ ਸੀਗੀਆਂ ਸੌਰੀ ਮੈਂ ਪਹਿਲਾਂ ਗਲਤੀ ਨਾਲ ਕਹਿੰਦਾ ਕਿ 200 ਟੋਟਲ ਜ਼ਿਆਦਾ ਸੀ ਆ ਦੇਖੋ ਇਹਨਾਂ ਨੇ ਲਿਸਟ ਆ ਜਿਹੜੀ ਅਪਲੋਡ ਬਕਾਇਦਾ ਕੀਤੀ ਆ ਸੀਰੀਅਲ ਨੰਬਰ ਪਾ ਕੇ ਮੈਰਿਟ ਨੰਬਰ ਰੋਲ ਨੰਬਰ ਕੈਂਡੀਡੇਟ ਨੇਮ ਜੈਂਡਰ ਫੀਮੇਲ ਫਾਦਰ ਨੇਮ ਕੈਟਾਗਰੀ ਡੇਟ ਆਫ ਬਰਥ ਪੰਜਾਬੀ ਚ ਵੀ ਪਾਸ ਹੋ ਬੇਸਿਕ ਕੁਆਲੀਫਿਕੇਸ਼ਨ ਠੀਕ ਆ ਸਾਰਾ ਕੁਝ ਲਿਖਿਆ ਵਾ ਇਸ ਤੋਂ ਬਾਅਦ ਐਂਡ ਤੇ ਆ ਦੇਖੋ ਕਾਲਮ ਤੁਸੀਂ ਦੇਖ ਸਕਦੇ ਹੋ ਐਲੀਜੀਬਿਲਟੀ ਭਈ ਇਹ ਬੱਚਾ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣ ਤੋਂ ਬਾਅਦ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ ਆ ਦੇਖੋ एलिजिबिलिटी ਠੀਕ ਆ ਜੀ ਇਹ ਕਾਲਮ ਤੁਹਾਨੂੰ ਪਹਿਲਾਂ ਵਾਲੀਆਂ ਵੈਰੀਫਿਕੇਸ਼ਨ ਵਾਲੀਆਂ ਲਿਸਟਾਂ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀਆਂ ਲਿਸਟਾਂ ਆਈਆਂ ਉਹਨਾਂ 'ਚ ਨਹੀਂ ਮਿਲੂਗਾ ਸੋ ਇਹ ਆਫਟਰ ਡਾਕੂਮੈਂਟ ਵੈਰੀਫਿਕੇਸ਼ਨ ਲਿਸਟ ਆਈ ਸੀ ਸੋ ਇਹ ਕੰਪਲੀਟ ਲਿਸਟ ਆ ਜੀ ਠੀਕ ਆ ਸਾਰੀਆਂ ਕੈਟਾਗਰੀਆਂ ਦੇ ਵਾਈਜ਼ ਆਈ ਸੀ ਜਿਹੜਾ ਇਸ ਤੋਂ ਪਹਿਲਾਂ ਸਟਾਫ ਨਰਸ ਦਾ ਐਗਜ਼ਾਮ ਹੋਇਆ ਸੀ ਸੋ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਆ ਜੀ ਆਹ ਦੇਖੋ ਜੀ ਜਿਵੇਂ ਕਿ ਆਪਾਂ ਪਹੁੰਚ ਗਏ ਆ ਨੈਕਸਟ ਆਪਾਂ ਲਿਸਟਾਂ ਮੈਂ ਡਾਊਨਲੋਡ ਕਰਕੇ ਰੱਖੀਆਂ ਨੇ ਤਾਂ ਕਿ ਤੁਆਡੋਂ ਕੋਈ ਵੀ ਡਾਊਟ ਨਾ ਰਹੇ ਸੋ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਇੱਥੇ ਕਿ ਜਿਹੜੇ ਏ ਐਨ ਐਮ ਵਾਲੇ ਆ ਉਹਨਾਂ ਦੀ ਲਿਸਟ ਫਰਵਰੀ ਦੇ ਵਿੱਚ ਹੀ ਆਈ ਹੈ ਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਜਾਂ ਨਹੀਂ ਹੋਈ ਤਾਂ ਉਹ ਇੱਥੋਂ ਜਾ ਕੇ ਡਾਊਨਲੋਡ ਕਰ ਸਕਦਾ ਬਾਕੀ ਮੈਂ ਲਿਸਟਾਂ ਨੇ ਜਿਹੜੀਆਂ ਆਪਣੇ ਟੈਲੀਗ੍ਰam ਚੈਨਲ ਤੇ ਵੀ ਪ੍ਰੋਵਾਈਡ ਕਰਵਾ ਦੇਵਾਂਗਾ ਉੱਥੋਂ ਜਾ ਕੇ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਆ ਦੇਖੋ ਜੀ ਜਿਹੜੀ ਏ ਐਨ ਐਮ ਦੀ ਆਈ ਹੈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਨ ਮਲਟੀਪਲ ਹੈਲਥ ਵਰਕਰਸ ਦੇ ਰੈਗੂਲਰ ਆਧਾਰ ਤੇ ਜਿਹੜੀ ਭਰਤੀ ਕੀਤੀ ਗਈ ਆ ਇਹ 600 ਪੋਸਟਾਂ ਸੀਗੀਆਂ ਆ ਦੇਖੋ ਇਹਨਾਂ ਵਿੱਚੋਂ 498 ਸਾਮੀਆਂ ਦੀ ਭਰਤੀ ਮੁਕੰਮਲ ਕੀਤੀ ਗਈ ਆ ਠੀਕ ਆ ਇਹਨਾਂ ਦੀ ਬਕਾਇਦਾ ਆ ਦੇਖੋ ਲਿਸਟ ਆ ਜਿਹੜੀ ਇਹ ਅਪਲੋਡ ਹੋਈ ਆ ਠੀਕ ਆ ਜੀ ਸੋ ਇਸ ਤਰ੍ਹਾਂ ਸੋ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਆ ਗਏ ਆ ਜਿਹੜੀ ਐਨਐਮ ਯਾਨੀ ਕਿ ਮਲਟੀਪਲ ਹੈਲਥ ਵਰਕਰਸ ਦੀਆਂ ਵੈਕੈਂਸੀਆਂ ਨਿਕਲੀਆਂ ਸੀ ਉਹਨਾਂ ਦੀ ਜਿਹੜੀ ਭਰਤੀ ਕਰਨ ਦੀ ਲਿਸਟ ਆਈ ਸੀ ਆ ਦੇਖੋ 600 ਪੋਸਟਾਂ ਸੀ ਇਹ ਤੇ 498 ਸਾਮੀਆਂ ਦੀ ਭਰਤੀ ਮੁਕੰਮਲ ਕੀਤੀ ਗਈ ਆ ਠੀਕ ਆ ਜੀ ਸੋ ਇਹਨਾਂ ਦੀ ਲਿਸਟ ਵੀ ਆ ਦੇਖੋ ਵੈਬਸਾਈਟ ਦੇ ਉੱਤੇ ਬਕਾਇਦਾ ਸਾਰੀ ਡਿਟੇਲ ਆਈ ਹੋਈ ਆ ਐਲੀਜੀਬਲ ਨਾਟ ਐਲੀਜੀਬਲ ਲਿਖ ਕੇ ਠੀਕ ਆ ਜੀ ਸੋ ਲਿਸਟ ਆਊਗੀ ਲਿਸਟ ਆਉਣ ਦੇ ਕਾਫੀ ਚਾਂਸ ਨੇ ਬਾਕੀ ਤੁਸੀਂ ਅਪਡੇਟ ਰਹੋ ਚੈਨਲ ਦੇ ਨਾਲ ਤੇ ਇਹ ਆਪਣੇ ਆਪ ਦੇ ਐਂਡ ਤੋਂ ਵੀ ਇਹਨਾਂ ਜਿਹੜੀਆਂ ਇੰਪੋਰਟੈਂਟ ਦੋ ਤਿੰਨ ਵੈਬਸਾਈਟਾਂ ਜਿਵੇਂ ਡੀਆਰਐਮਈ ਦੀ ਜਾਂ ਪੰਜਾਬ ਹੈਲਥ ਗਵਰਨਮੈਂਟ ਦੀ ਜਾਂ ਬਾਬਾ ਫਰੀਦ ਇਹਨਾਂ ਤੇ ਰੈਗੂਲਰ ਵਿਜ਼ਿਟ ਕਰਦੇ ਰਹਾ ਕਰੋ ਬਾਕੀ ਮੈਂ ਇੱਕ ਹੋਰ ਰਿਕਵੈਸਟ ਕਰਨੀ ਚਾਹੁੰਨਾ ਵਾਂ ਵੀ ਜਿਹੜੇ ਵੀ ਜੇ ਕਿਸੇ ਨੂੰ ਈਮੇਲ ਜਾਂ ਮੈਸੇਜ ਜਾਂ ਕਾਲ ਦੇ ਥਰੂ ਕੋਈ ਇਨਫੋਰਮੇਸ਼ਨ ਆਉਂਦੀ ਆ ਜੁਆਇਨਿੰਗ ਲੈਟਰ ਦੇ ਸਬੰਧ ਵਿੱਚ ਤਾਂ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਜਾਂ ਫਿਰ ਮੈਨੂੰ ਇੰਸਟਾ ਤੇ ਡਾਇਰੈਕਟ ਮੈਸੇਜ ਕਰ ਦਿਓ ਤਾਂ ਕਿ ਆਪਾਂ ਇਹ ਇੰਪੋਰਟੈਂਟ ਇਨਫੋਰਮੇਸ਼ਨ ਬਾਕੀ ਸਟੂਡੈਂਟਸ ਦੇ ਨਾਲ ਵੀ ਸ਼ੇਅਰ ਕਰ ਸਕੀਏ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਚੈਨਲ ਦੇ ਨਾਲ ਜੁੜੇ ਰਹੋ ਨਵੀਆਂ-ਨਵੀਆਂ ਇਨਫੋਰਮੇਸ਼ਨਸ ਦੇ ਲਈ ਇੰਪੋਰਟੈਂਟ ਇਨਫੋਰਮੇਸ਼ਨ ਤੇ ਆਪਾਂ ਹਰ ਰੋਜ਼ ਡਿਸਕਸ ਕਰਦੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ